ਸਾਡੇ ਕੋਲ ਇੰਤਜ਼ਾਮੀਆਂ ਨੇ ਕੋਈ ਪੈਸਾ ਨਹੀਂ ਲਿਆ ਨਾ ਅਸੀਂ ਕੋੜ ਮਾਰ ਠੀਕ ਹੈ ਹਾਂਜੀ ਗਾਹਕ ਜੀ ਆ ਰਹੇ ਨੇ ਜਿਹੜੇ ਮਾੜੇ ਮੋਟੇ ਗਾਹਕ ਨੇ ਨਾ ਉਹ ਆ ਰਹੇ ਨੇ ਉਹ ਲਾਣ ਦੇ ਲੱਖ ਰੁਪਈਆ ਲੈ ਲਓ 50,000 ਲੈ ਲਓ 60 ਲੈ ਲਓ ਉਹ ਇੱਥੇ ਅਜੇ ਨਾ ਕੋਈ ਜਾਨਵਰ ਨਹੀਂ ਵਿਕਿਆ ਅਜੇ ਇਸੇ ਤਰ੍ਹਾਂ ਫਿਰ ਤੁਰ ਕੇ ਤੇ ਉਹ ਜਾ ਕੇ ਘਰ ਸਮਝਦੇ ਅਸੀਂ ਪੁੰਜੇ ਸਮਝ ਜਾਂਦੇ ਰਮਾਨ ਨਾਲ ਇੱਥੋਂ ਫਿਰ ਕੇ ਇੱਥੇ ਇੱਥੋਂ ਤੱਕ ਜੀ ਕੱਛੇ ਟੁੰਗੇ ਨੇ ਰਮਾਨ ਨਾਲ ਫਿਰ ਕੇ ਜਾ ਕੇ ਸੋਹਣਾ ਖਾਣਾ ਖਾ ਕੇ ਅਸੀਂ ਰੋਟੀ ਹੋਟਲ ਦੀ ਖਿੱਚਣੇ ਇੱਥੋਂ ਖਿੱਚਣੇ ਇੱਥੇ ਜਾ ਕੇ ਬੁਰਕੀ ਜਿਹੜਾ 1.60 ਦਾ ਖਰੀਦਿਆ ਤੁਸੀਂ ਹੁਣ ਇੱਥੇ ਕਿੰਨੇ ਦਾ ਵੇਚਣ ਦੇ ਸਹੀ ਸੀ ਅੱਛਾ ਇਹ ਦੱਸੋ ਕਿ ਦਿਨ ਦਾ ਵੀ ਕੋਈ ਇੰਤਜ਼ਾਮੀਆਂ ਲੈਂਦੀ ਪੈਸੇ ਪਰ ਡੇ ਦੇ ਕੋਈ ਹਰ ਦਿਨ ਦਾ ਕੋਈ ਟੈਕਸ ਟੁਕਸ ਨਹੀਂ ਸਾਡੇ ਕੋਈ ਦਿਨ ਦਾ ਕਿਸੇ ਨਹੀਂ ਜਗ੍ਹਾ ਦੇ ਕਿੰਨੇ ਟੈਕਸ ਲਏ ਜਗ੍ਹਾ ਦਾ ਕੋਈ ਨਹੀਂ ਲਿਆ ਕੋਈ ਜਿਹੜਾ ਜਾਨਵਰ ਪਿਛਲੇ ਸਾਲ 1 ਲੱਖ ਰੁਪਏ ਦਾ ਉਹ ਅੱਜ 1.5 ਦਾ ਮਿਲੇਗਾ ਬਹੁਤ ਬਿਹਤਰੀਨ ਨੀਟ ਐਂਡ ਕਲੀਨ ਹਰ ਕਿਸਮ ਕੀ ਸਹੂਲਤ ਯਹਾਂ ਪੇ ਮੌਜੂਦ ਹੈ ਲਾਹੌਰ ਕਮਿਸ਼ਨਰ ਲਾਹੌਰ ਸਾਹਿਬ ਨੇ ਬੜੀ ਸਖਤੀ ਸੇ ਹਦਾਇਤ ਕੀ ਹੈ ਕਿ ਤਮਾਮ ਜੋ ਜਿਤਨੇ ਵਪਾਰੀ ਆ ਰਹੇ ਮੰਡੀਓ ਕੇ ਅੰਦਰ ਉਹਨੇ ਤਮਾਮ ਜੀ ਮੈਂ ਕੰਟਰੈਕਟਰ ਹੂੰ ਸਿਵਲ ਵਰਕ ਕਾ ਓਕੇ ਮੈਨੇ ਪਾਰਕਿੰਗ ਕਾ ਬੰਦੋਬਸਤ ਕੀਆ ਪਾਰਕਿੰਗ ਅੱਛੀ ਬਣਾ ਕੇ ਦੀ ਹੈ ਯਹਾਂ ਪੇ ਤਕਰੀਬਨ 5,000 ਗਾੜੀ ਲੱਗ ਸਕਤੀ ਹੈ ਜੀ ਨਾ ਜੀ ਦੱਸੋ ਕਿ ਤਾਂ ਮੌਜੂਦ ਹੈ ਹਮਾਰੇ ਵਪਾਰੀ ਭਾਈਓ ਕੇ ਬੀਚ ਮੇਂ ਯੇ ਭਾਵਲਪੁਰ ਸੇ ਆਏ ਹੈ ਤੋ ਇਨਸੇ ਜ਼ਰਾ ਬਾਤ ਕਰਤੇ ਹੈ ਦੋਸਤਾਨਾ ਮਾਹੌਲ ਮੇਂ ਕਿ ਇਨਕੀ ਕਿਆ ਮੁਸ਼ਕਿਲਾਤ ਹੈ ਯਹਾਂ ਪੇ ਇਨਕੋ ਕਿਆ ਕਿਆ ਮਸਾਇਲ ਦਰਪੇਸ਼ ਹੈ ਔਰ ਰੇਟਸ ਇਤਨੇ ਕਿਉਂ ਆਈ ਹੈ ਤੋ ਆਈਏ ਇਨਸੇ ਬਾਤ ਕਰਦੇ ਹੈ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕਿਧਰ ਸੇ ਆਏ ਹੈ ਆਪ ਭਾਵਲਪੁਰ ਸੇ ਆਏ ਹੈ ਤੋ ਆਪ ਬਤਾਏ ਕਿ ਇਸ ਦਫਾ ਸਹੀ ਬਿਲਕੁਲ ਜੈਨਵਨ ਹਮੇ ਅੰਦਰ ਕੀ ਬਾਤ ਬਤਾਨੀ ਹੈ ਆਪਨੇ ਕਿ ਰੇਟਸ ਕਿਉਂ ਇਤਨੇ ਹਾਈ ਹੈ ਰੇਟ ਖਰਚੇ ਬਹੁਤ ਜ਼ਿਆਦਾ ਜਾਨਵਰਾਂ ਦੇ ਅੱਛਾ ਗੱਡੀਆਂ ਦੇ ਕਿਰਾਏ ਬਹੁਤ ਨੇ ਅੱਛਾ ਔਰ ਮੰਡੀਆਂ ਦੇ ਟੈਕਸ ਨੇ ਕਿੰਨੇ ਜਾਨਵਰ ਲੈ ਕੇ ਆਏ ਤੁਹਾਡੇ ਆਪਣੇ ਜ਼ਾਤੀ ਇਸ ਟਾਈਮ ਕਿੰਨੇ ਜਾਨਵਰ ਨੇ ਜਾਨਵਰ ਤਕਰੀਬਨ 200 ਜਾਨਵਰ ਹੈ 200 ਜਾਨਵਰ ਹਾਂ ਤੇ ਕਿੰਨਾ ਖਰਚਾ ਆਇਆ ਨਾ ਤੁਹਾਡਾ ਇੱਥੇ ਆਣ ਜਾਨਵਰ ਤਕਰੀਬਨ 10,000 ਖਰਚਾ ਆਇਆ 10,000 ਜੀ ਸਿਰਫ ਲਿਆਣ ਲਿਆਣ ਤੇ ਲਿਆਣ ਦਾ ਕਿਸ ਤਰ੍ਹਾਂ ਕੋ ਦੱਸੋਗੇ ਖਰਚਾ ਇਹ 2-2 ਟਰੱਕ ਕਿੰਨੇ ਦਾ ਕਿੱਥੋਂ ਬਾਬਲਪੁਰੋਂ ਆਇਓ ਬਾਬਲਪੁਰੋਂ ਤੇ ਕਿੰਨੇ ਦਾ ਟਰੱਕ ਹੋਇਆ ਇੱਥੇ ਟਰੱਕ ਹੋਇਆ 30,000 ਦਾ 30,000 ਦਾ ਇੱਕ ਟਰੱਕ 'ਚ ਕਿੰਨੇ ਜਾਨਵਰ ਆਉਂਦੇ 10 ਜਾਂ 11 ਪੈਂਦੇ ਨੇ ਨਾ ਕਰ ਯਾਰ 15-20 ਆ ਜਾਂਦੇ ਨੇ 15-20 ਨਹੀਂ ਹੁੰਦੇ 10-11 ਚਲੋ ਤੁਸੀਂ 2000 ਵੀ ਫੀ 2000 ਵੀ ਫੀ ਜਾਨਵਰ ਲਾਓ ਤੁਸੀਂ ਤੇ ਗਰਮੀ ਤੇ ਠੀਕ ਹੈ ਗਰਮੀ ਮੰਨਦੇ ਚਲਾਨ ਚਲੂਨ ਕਰਦੇ ਰਹਿੰਦੇ ਨੇ 14 ਪਾ ਲਈਦੇ ਚਲਾਨ ਚਲੂਨ ਹੁੰਦੇ ਰਹਿੰਦੇ ਨੇ ਜਾਨਵਰ ਨਹੀਂ ਬਚਦੇ ਅੱਛਾ ਹਾਂਜੀ ਚਲਾਨ ਚਲੂਨ ਪਾ ਕੇ ਇੰਨੇ ਪੈ ਜਾਂਦੇ ਚਲਾਨ ਵੀ ਹੁੰਦਾ ਹਾਂ ਚਲਾਨ ਕਿੰਨੇ ਦਾ ਚਲਾਨ ਹੈ ਚਲਾਨ ਹਰ ਥਾਂ ਤੇ ਹੁੰਦਾ ਅੱਛਾ 1500 ਦਾ 2000 ਦਾ ਕਿਉਂ ਕਰਦੇ ਨੇ ਚਲਾਨ ਓਵਰਲੋਡ ਹੁੰਦਾ ਬੋਰਿਆਂ ਦਾ ਅੱਛਾ ਤੂੜੀ ਦਾ ਹਾਂ ਠੀਕ ਹੈ ਤੇ ਇੱਥੇ ਹੁਣ ਆ ਕੇ ਇੱਥੇ ਤੁਹਾਡਾ ਕੀ ਖਰਚਾ ਹੋ ਰਿਹਾ ਕਿੰਨੇ ਦਿਨ ਹੋ ਗਏ ਨੇ ਆਏ ਨੂੰ ਇੱਥੇ ਅੱਜ ਚੌਥਾ ਦਿਨ ਸਾਨੂੰ ਆਏ ਨੂੰ ਅੱਛਾ ਤੇ ਖਰਚਾ ਤਕਰੀਬਨ 2000 ਜਾਂ 2500 ਦਿਹਾੜੀ ਦਾ ਹੋ ਜਾਂਦਾ ਕਿੰਨੇ ਬੰਦੇ ਹੋ ਇਹ ਹਰ ਗੱਡੀ ਨਾਲ 4 ਬੰਦੇ 3 ਬੰਦੇ ਹਰ ਗੱਡੀ ਨਾਲ ਖਾਣਾ ਪੀਣਾ ਦਾ ਸਹੂਲਤ ਇੰਨੀ ਹੈ ਨਹੀਂ ਗੀ ਹੋਟਲ ਮਾਮੂਲੀ ਜਿਹੇ ਨੇ ਥੋੜੇ ਅੱਛਾ ਖਾਣਾ ਨਹੀਂ ਮਿਲਦਾ ਇੱਥੋਂ ਮਹਿੰਗਾਈ ਬਹੁਤ ਹੈ ਜਿਹੜੀ ਸਿਗਟਾਂ ਡੱਬੀ 50 ਰੁਪਏ ਦੀ 80 ਰੁਪਏ ਦੀ ਦਿੰਦੇ ਨੇ ਅੱਛਾ ਸਾਬਣ 20 ਦਾ 50 ਦਾ ਦਿੰਦੇ ਨੇ ਐਵੇਂ ਮਹਿੰਗਾਈ ਇਹਨਾਂ ਲੋਰੀਆਂ ਸੌਂਦੇ ਕਿ ਲੋਰੀਆਂ ਵੀ ਖੁਦ ਆਪਣੀ ਮਹਿੰਗਾਈ ਕੀਤੀ ਸੌਂਦੇ ਕੋਈ ਬੋਰਿਆਂ ਦੇ ਸੌਂਦੇ ਕੋਈ ਮੰਜੀਆਂ ਸੌਂਦੇ ਕੋਈ ਥੱਲੇ ਸੌਂ ਜਾਂਦੇ ਬਾਰਿਸ਼ ਆਏ ਤੇ ਐਵੇਂ ਨਾ ਐਵੇਂ ਹੀ ਅੱਲਾ ਵਾਸ ਤੁਰੇ ਫਿਰਦੇ ਤੰਬੂਆਂ ਥੱਲੇ ਜਾਂ ਕੋਈ ਕੰਧ ਦਾ ਆਸਰਾ ਲੈ ਲਿਆ ਜਾਂ ਬੋਰਿਆਂ ਦਾ ਅੱਛਾ ਤੁਸੀਂ ਦੱਸੋ ਕਿ ਹਾਲੇ ਤੀਕਰ ਕਿੰਨੇ ਜਾਨਵਰ ਵੇਚ ਬੈਠੇ ਹੋ ਭਾਈ ਜਾਨ ਕੋਈ ਜਾਨਵਰ ਨਹੀਂ ਹਾਲੇ ਤਾਈਂ ਵਿਕਿਆ ਇੱਕ ਵੀ ਨਹੀਂ ਵਿਕਿਆ ਕੀ ਵਜ੍ਹਾ ਮਹਿੰਗਾ ਇੰਨਾ ਦਿੰਦੇ ਹੋ ਮਹਿੰਗਾ ਅਸੀਂ ਨਹੀਂ ਦਿੰਦੇ ਪਿੱਛੋਂ ਜਦੋਂ ਲੈ ਕੇ ਆਈਦਾ ਨਾ ਉੱਥੋਂ ਹੀ ਨਹੀਂ ਆਪਣੇ ਨਹੀਂ ਹੈਗੇ ਤੁਸੀਂ ਖਰੀਦ ਕੇ ਲਿਆਏ ਖਰੀਦ ਕੇ ਅਸੀਂ ਆ ਵੀ ਲਿਆਏ ਤੇ ਕੀ ਫਾਇਦਾ ਤੁਹਾਨੂੰ ਇੰਨਾ ਮਹਿੰਗਾ ਖਰੀਦ ਕੇ ਤੇ ਫਿਰ ਅੱਛਾ ਤੇ ਟੁੱਕਰ ਵਾਸਤੇ ਲਿਆਈਦੇ ਨੇ ਵੀ ਕੋਈ ਰੋਟੀ ਪਾਣੀ ਪੂਰਾ ਹੋ ਜੇ ਅੱਛਾ ਤੇ ਉਹ ਹੀ ਨਹੀਂ ਪੂਰਾ ਹੁੰਦਾ ਜਿਹੜਾ ਤੁਸੀਂ ਖਰੀਦੇ ਨੇ ਕਿੰਨੇ ਕਿਤੇ ਖਰੀਦੇ ਅੰਦਾਜ਼ਨ ਦੱਸੋ ਅਸੀਂ 1.5 ਲੱਖ ਦਾ ਵੀ ਜਾਨਵਰ ਖਰੀਦਿਆ ਅੱਛਾ 1.60 ਦਾ ਵੀ ਖਰੀਦਿਆ 40 ਦਾ ਵੀ ਖਰੀਦਿਆ ਤੇ ਉਹਨਾਂ ਦਾ ਮੁੱਲ ਦੇ ਰਹੇ ਨੇ ਸਾਨੂੰ ਯਾਨੀ ਕਿ 1,00,000 ਜਿਹੜਾ 1.60 ਦਾ ਖਰੀਦਿਆ ਤੁਸੀਂ ਹੁਣ ਇੱਥੇ ਕਿੰਨੇ ਦਾ ਵੇਚਣ ਦੇ ਸਹੀ ਸੀ ਦੱਸਣਾ ਇੱਥੇ ਅਸੀਂ ਉਹ 60 ਵਾਲਾ ਜਿਹੜਾ ਉਹ 70 ਦਾ ਵੇਖੀ ਜੇ 75 ਦਾ ਵੇਖੀ ਨਾ ਕਰ ਉਹ ਕਹਿ ਰਿਹਾ 10,000 ਤੇ ਫੀ ਉਹਦੇ ਤੇ ਖਰਚਾ ਆਇਆ ਤੁਹਾਡਾ ਆਣ ਦਾ ਇੱਥੇ ਤੁਹਾਡੇ ਬਹਿਣ ਦਾ ਵੀ ਖਰਚਾ ਰਹਿਣ ਦਾ ਵੀ ਖਰਚਾ ਚਲਾ ਲਿਆ ਤੇ ਸਾਨੂੰ ਹਾਂ ਤੇ ਇੱਥੇ ਬਾਰਿਸ਼ ਪੈ ਜੇ ਨੀਵਾਂ ਥਾਂ ਹੈ ਹਾਂ ਇੱਥੇ ਪਾਣੀ ਖਲੋ ਜੇ ਰਾਤ ਪਹਿਲੇ ਨਹੀਂ ਸੀ ਸੋਚਿਆ ਤੁਸੀਂ ਆਣ ਤੋਂ ਪਹਿਲੇ ਅੱਲਾ ਜਾਣੇ ਹੁਣ ਅਸੀਂ ਤੇ ਹਜ਼ਾਰਾਂ ਮੀਲਾਂ ਤੋਂ ਇੱਥੇ ਆਏ ਆ ਪਰਦੇਸੀ ਉਹਦੀ ਗੱਲ ਇਹ ਵੀ ਅਸੀਂ ਜਿਹੜਾ ਇਹਨਾਂ ਖਰਚਾ ਕਰਕੇ ਆਏ ਆ ਅਸੀਂ ਇਹਨੇ ਆ ਵੀ ਸਾਡਾ ਕਿਰਾਇਆ ਭਾੜਾ ਪੂਰਾ ਹੁੰਦੇ ਜਾਣ ਤੇ ਸਾਡੇ ਬੱਚਿਆਂ ਦੀ ਰੋਜ਼ੀ ਜਿਹੜੇ ਇੰਨੇ ਦਿਨ ਅਸੀਂ ਦਿਹਾੜੀ ਕਰਦੇ 500 ਰੁਪਇਆ ਤੇ ਫਿਰ ਵੀ ਜ਼ਿਆਦਾ ਬਣਾ ਦੇਣੇ ਹਾਂ ਤੇ ਦੇਸੋ ਪ੍ਰਦੇਸ ਹੋ ਕੇ ਅਸੀਂ ਆਪਣਾ ਖਾਤਾ ਤੇ ਪੂਰਾ ਕਰਕੇ ਤੇ ਯਾਨੀ ਕਿ ਬੱਚੇ ਇੱਥੇ ਦੇ ਠੱਗਣ ਵਾਲੇ ਵੀ ਬੜੇ ਆਉਂਦੇ ਨੇ ਉਹਨਾਂ ਕੋਲ ਵੀ ਬਚਣ ਦਾ ਕੋਈ ਤਰੀਕਾ ਸਖਿਆ ਜੇ ਨਹੀਂ ਜੀ ਸਾਨੂੰ ਕੋਈ ਤਰੀਕਾ ਨਹੀਂ ਕਿਸੇ ਦਾ ਨੋਟ ਰਾਤ ਨੂੰ ਹਨੇਰੇ 'ਚ ਨਕਲੀ ਫੜਾ ਜਾਂਦੇ
जानवर विकदा चुंगी शुंगी लगती है अजे तिकर से कोई नहीं जे कोई दो चार किसे मार्केट से विके भी नहीं अपनी चाहिए तो किसे को ले होने तो पैसे नहीं लिया नहीं लिया ठीक है सफाई ठीक हो रही मंडी बिल्कुल कौन कर दा आके वो इंतजामिया ही कर देने इंतजामिया ले आके शकड़ हो जाए वो भी बात अगर बाकी तुसी मुतमईन लग रहे हो फिलहाल तो मंडी ठीक है फिलहाल अच्छा ते पानी नहीं सुलनी है सिर्फ पानी दा मसला नहीं पानी दा मसला वाशरूम ते है चलो तो जिमे दा भी है माड़ा चंगा सिर्फ पानी दी कमी है बकाया मंडी ठीक है हां बिल्कुल अच्छा फरको फरकी जानवर लबने पानी पुनी भी पिया के वजन वधाया हुंदा है घर जाके सारे माड़े हो जांदे हैं नहीं नहीं ऐसा मसला नहीं है गल्ला दसो ना पानी पी के वजन नहीं वधदा हुंदा बच्चे दा नहीं ओ कोई घोल घूल के पिलांदे ने कि जिने पानी पिया फर जांदा डंडा घोलना कित्थों इना वास्ते कोई प्यान वास्ते देणगे ते घोलांगे भाई घोलन वास्ते इंतजाम नहीं है अच्छा जी तुसी दसोगे की इथे ਸੋਲਿਆਤ ਨਾਲ ਮਤਮੈਨ ਤੁਸੀਂ ਜਿਹੜੀ ਮਿਲ ਰਹੀ ਤੁਹਾਨੂੰ ਨਹੀਂ ਸਾਨੂੰ ਪਾਣੀ ਪੀਣ ਲਈ ਨਹੀਂ ਲੱਭਦਾ ਪਾਣੀ ਪੀਣ ਵਾਲਾ ਨਹੀਂ ਸਰ ਜੀ ਸਾਡੇ ਨਾਲ ਟੋਰ ਪੋ ਕੂਲਰ ਐਡਾ ਕੇ ਵਿਹਲਾ ਪਿਆ ਤਰੇ ਬੈਠੇ ਹਾਂ ਸਾਨੂੰ ਪਾਣੀ ਦੀ ਬਹੁਤ ਕਮੀ ਆ ਚਲੋ ਪਾਣੀ ਦਾ ਤੇ ਹੋ ਗਿਆ ਨਾ ਉਹਦੇ ਇਲਾਵਾ ਹੁਣ ਕੀ ਦੱਸੋ ਹੋਰ ਬਾਕੀ ਸਾਡੀ ਜਿਹੜੀ ਜੂ ਹਾਜ਼ਰ ਮੌਕਿਆ ਉਹ ਬਹੁਤ ਮਹਿੰਗਾਈ ਜੇ ਅੱਛਾ ਜਿਹੜਾ ਅੱਗੇ ਲੱਖ ਰੁਪਏ ਦਾ 90,000 ਦਾ ਆਉਂਦਾ ਸੀ ਉਹ ਇੱਥੇ ਹੁਣ ਉੱਥੇ ਸਾਨੂੰ ਲੱਭਾ 1,35,000-40,000 ਚ ਲੱਭਾ ਉੱਥੇ ਵੀ ਕੋਈ ਮੰਡੀ ਲੱਗਦੀ ਜਿੱਥੋਂ ਖਰੀਦ ਨਹੀਂ ਜੀ ਨਹੀਂ ਉੱਥੇ ਜ਼ਿਮੀਂਦਾਰ ਬੰਦੇ ਨੇ ਜਿਵੇਂ 5-7 ਡੰਗਰ ਬੱਜੇ ਨੇ ਮੇਰੇ ਅਹੁਦੇ ਬੱਜੇ ਅਹੁਦੇ ਬੱਜੇ ਜੇ ਕਿਸੇ ਨੇ ਦੋ ਬੱਚੇ ਪਾਲੇ ਨੇ ਉਹਨਾਂ ਕੋਲੋਂ ਜਾ ਕੇ ਖਰੀਦਣੇ ਪੈਸੇ ਦੇ ਕੇ ਆਏ ਹੋ ਜਾਂ ਐਵੇਂ ਉਧਾਰ ਲੈ ਕੇ ਆਏ ਹੋ ਕਿ ਵੇਚ ਕੇ ਤੁਹਾਨੂੰ ਦੇ ਦੇਵਾਂਗੇ ਪੈਸੇ ਜਿਨ੍ਹਾਂ ਕੋਲ ਗੁੰਜਾਇਸ਼ ਉਹ ਦੇ ਕੇ ਆਉਂਦੇ ਜਿਨ੍ਹਾਂ ਕੋਲ ਨਹੀਂ ਗੁੰਜਾਇਸ਼ ਉਹ ਉਧਾਰ ਲੈ ਆਉਂਦੇ ਉਧਾਰ ਲੈ ਕੇ ਜੀ ਤੇ ਅਗਰ ਇਹ ਖੁਦਾ ਨਾ ਖਾਸਾ ਨਾ ਵਿਕੇ ਤੁਹਾਡੇ ਤੋਂ ਵਾਪਸ ਵੀ ਕਰ ਦਿਓਗੇ ਜਾ ਕੇ ਵਾਪਸ ਸਾਡੇ ਕੋਈ ਜ਼ਰੂਰਤ ਨਹੀਂ ਵਾਪਸ ਜਾਣ ਦੀ ਅੱਛਾ ਆ 2-2,000 ਰੁਪਇਆ ਸਾਡੇ ਬੋਝ ਚ ਰਹਿ ਗਿਆ ਤੇ ਪੱਠੇ ਜਿਹੜੇ ਨੇ ਉਹ ਸਰ ਜੀ 250 ਨੂੰ 60 ਰੁਪਏ 70 ਰੁਪਏ ਸਾਨੂੰ ਲੱਭ ਰਹੇ ਨੇ ਬਹਾਵਲਪੁਰ ਚ ਇੱਥੇ ਪੱਠਿਆਂ ਦੇ ਰੇਟ ਚ ਫਰਕ ਹੈ ਕੋਈ ਬੇਬਾ ਫਰਕ ਹੈ ਉੱਥੇ ਦੀ 150 ਨੂੰ 100 ਨੂੰ ਜਿੰਨੇ ਮਰਜ਼ੀ ਲਵੋ ਹਾਂ ਇੱਥੇ 270 ਰੁਪਏ ਦੇ ਜੀ 270 ਰੁਪਏ 260 ਰੁਪਏ ਅੱਛਾ ਜੀ ਮਾਣ ਜਿਹੜੀ ਗੱਲ ਝੂਠੀ ਹੈ ਸਾਡੇ ਕੋਲ ਇੰਤਜ਼ਾਮੀਆਂ ਨੇ ਕੋਈ ਪੈਸਾ ਨਹੀਂ ਲਿਆ ਨਾ ਅਸੀਂ ਕੋੜ ਮਾਰ ਠੀਕ ਹੈ ਹਾਂਜੀ ਕਿਉਂ ਜਿਹੜਾ ਝੂਠ ਹੈ ਝੂਠ ਹੋ ਜਾਂਦਾ ਸੱਚ ਸੱਚ ਆ ਜਾਂਦਾ ਠੀਕ ਹੈ लख रुपया ले लो 50,000 ले लो 60 ले लो इतना ना कोई जानवर नहीं विकया अजे इस तरह फिट तुर के जाके घर समझते असि पुंजे समझ आ कच्छे टुंगे ने मां फिर के जाके सोना खाना खा के असी रोटी होटल दी खिचने इथों खिचने इथे जाके बुर्की होटल वाले बहुत जबरदस्ती कर रहे जी जे नहीं तो असि इथों खाना मंगा लैने ਜਿਹੜਾ ਸਾਲਣ ਹੈ ਉਹ ਵੇਖੋ ਰੋਟੀ ਉਹ ਵੇਖੋ ਜੇ ਤੁਹਾਡਾ ਖਾਣ ਰੂਹ ਕਰੇ ਅੱਜ ਤੇ ਮਾਰੀ ਦੇ ਮਾਰੇ ਖਾਣ ਡਏ ਅੱਜ ਰਬੜ ਦੀਆਂ ਰੋਟੀਆਂ ਰਬੜ ਦੀਆਂ ਰੋਟੀਆਂ ਜੀ ਚੱਲਣ ਡਈਆਂ ਨੇ ਜੀ ਤੇ ਰੇਟ ਕੀ ਹੈ ਰੋਟੀ ਦਾ ਰੇਟ 10 ਰੁਪਏ 10 ਰੁਪਏ ਕੀ ਇੱਕ ਰੋਟੀ ਜੀ ਇੱਕ ਰੋਟੀ ਤੇ ਸਾਲਣ ਦੀ ਪਲੇਟ ਸਾਲਣ ਪਲੇਟ ਇਹ ਇੰਨਾ ਕੁ ਦਿੰਦੇ ਨੇ 50 ਰੁਪਏ ਜਿੰਨੀ ਗਰੇਬੀ ਦਿੰਦੇ ਨਾ ਉਨੀ ਆਮ ਪਲੇਟ ਦੇ ਰਹੇ ਨੇ
पट्टे पाते ने पीते पैसे देते ने पी के आते ने इन्हों ने जी 60 रुपये फड़ाई दे दो कप उ सानू लभ रहे किसी कम दे नहीं जी लभ रहे डब्बे डुबे ने नहीं बीमार कर चाली बंदे एक डब्बा में चाह बनती नहीं है। अच्छा ये महंगाई ਜਿਹੜੀ ਤੁਸੀਂ ਕੀਤੀ ਹੈ ਇਹਦੀ ਕੀ ਵਜ੍ਹਾ ਕਿ ਹਕੂਮਤ ਨੇ ਕੋਈ ਮਹਿੰਗਾਈ ਕੀਤੀ ਹੈ ਇਹਦੀ ਵਜ੍ਹਾ ਤੋਂ ਜਾਂ ਕੀ ਵਜ੍ਹਾ? ਇਹ ਜੀ ਹਕੂਮਤ ਦਾ ਕੋਈ ਗੁਨਾਹ ਨਹੀਂ, ਜ਼ਿਮੀਂਦਾਰ ਜਿਹੜੇ ਸੀ ਅੱਗੇ ਮਰ ਗਏ ਥਾਂ ਤੇ, ਪਾਣੀ ਨਹੀਂ ਸੀ ਆ ਰਿਹਾ, ਇਮਰਾਨ ਖਾਨ ਨੇ ਪਾਣੀ ਸਾਨੂੰ ਹੁਣ ਫੁੱਲ ਦਿੱਤਾ। ਸਾਡੀ ਫਸਲ ਦਾ ਰੇਟ ਜਿਹੜਾ ਨਰਮਾ 6000 ਨੂੰ, ਕਣਕ ਸਾਡੀ ਹੁਣ ਗਈ ਹੈ ਜੀ 1800 ਨੂੰ, ਸਾਨੂੰ ਜ਼ਿਮੀਂਦਾਰ ਜਿਹੜੇ ਸੀ ਬਹੁਤ ਖੁਸ਼ ਹਾਲ ਖੁਸ਼ ਹੋ ਗਏ। ਬਿਲਕੁਲ ਝੂਠ ਨਹੀਂ ਮਾਰਨਾ, ਇਮਰਾਨ ਖਾਨ ਤੋਂ ਖੁਸ਼ ਹੋ ਤੁਸੀਂ? ਖੁਸ਼ ਖੁਸ਼ ਜ਼ਿਮੀਂਦਾਰ ਬੰਦੇ ਨੇ ਉਹਨਾਂ ਵਾਸਤੇ ਇਹ ਰੇਟ ਠੀਕ ਹੈ, ਜਿਹੜੇ ਗਰੀਬ ਪਾਰਟੀ ਹੈ ਉਹਨਾਂ ਵਾਸਤੇ ਰੇਟ ਸਖਤ ਆ ਗਿਆ। ਜ਼ਿਮੀਂਦਾਰ ਵਾਸਤੇ ਪੁੱਛੋ ਜੀ, ਜੇ ਥੋੜੀ ਜਿਹੀ ਸਖਤ ਆ ਗਈ ਹੈ ਤੇ ਜ਼ਿਮੀਂਦਾਰ ਦੀ ਫਸਲ ਜਿਹੜੀ ਹੈ ਖੁਸ਼ਹਾਲ ਵਿਕ ਰਹੀ ਹੈ। ਜੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ ਤੁਸੀਂ ਦੱਸੋ ਜੀ ਕੀ ਮੁਸ਼ਕਿਲ ਪੇਸ਼ ਆ ਰਹੀ ਹੈ ਇੱਥੇ ਤੁਹਾਨੂੰ? ਮੁਸ਼ਕਿਲ ਪੇਸ਼ ਪਾਣੀ ਦੀ ਆ ਰਹੀ ਔਰ ਮਹਿੰਗਾਈ, ਇਸ ਵਜ੍ਹਾ ਤੋਂ ਇਹ ਗੋਸ਼ਤ ਦਾ ਰੇਟ ਤਕਰੀਬਨ 30000 ਫਿਲਹਾਲ ਚੱਲ ਰਿਹਾ ਮਣ। ਹਾਂਜੀ ਮਣ ਦਾ ਤੇ, ਲੇਕਿਨ ਕਿਹੜਾ ਕੁਰਬਾਨੀ ਦਾ ਜਾਨਵਰ ਹੁੰਦਾ ਨਾ, ਉਹ ਸ਼ੌਕ ਦੇ ਤੌਰ ਤੇ ਖਰੀਦਿਆ ਜਾਂਦਾ, ਉਸ ਤੋਂ ਹਟ ਕੇ ਉਹਦਾ ਥੋੜਾ ਜਿਹਾ ਰੇਟ ਜ਼ਿਆਦਾ ਹੁੰਦਾ। ਇਸ ਵਾਸਤੇ ਤੁਸੀਂ ਕੀ ਮਿਸਾਲ ਤੌਰ ਤੇ ਮਨ ਦੇ ਹਿਸਾਬ ਨਾਲ ਅਗਰ ਵੇਖੀ ਤੁਸੀਂ ਕੀ ਰੇਟ ਲਾ ਰਹੇ ਹੋ ਇਸ ਟਾਈਮ? ਅਸੀਂ ਫਿਲਹਾਲ ਪਿੱਛੋਂ ਤਕਰੀਬਨ 35000 ਮਣ ਲੈ ਕੇ ਆ ਰਹੇ ਹਾਂ, ਲੇਕਿਨ ਇੱਥੇ ਖਰਚੇ ਖੁਰਚੇ ਪਾ ਕੇ 40-45000 ਪੈਂਦੇ ਨੇ ਸਾਨੂੰ। ਠੀਕ ਹੈ, ਉਹ ਸਾਡਾ ਹੱਕ ਪੂਰਾ ਹੋਣਾ ਚਾਹੀਦਾ। ਤੁਸੀਂ 50 ਤੋਂ ਮਨ ਵੇਚ ਰਹੇ ਹੋ? ਤਕਰੀਬਨ 45-47 ਨੂੰ ਅਸਾਂ ਵੇਚ ਰਹੇ ਹਾਂ, ਸਾਡਾ ਹੱਕ ਪੂਰਾ ਹੋਏਗਾ ਤੇ ਅਸਾਂ ਵੇਚਣੇ, ਵਰਨਾ ਨਹੀਂ ਵੇਚ ਸਕਦੇ। ਅੱਛਾ, ਸਭ ਤੋਂ ਸਸਤਾ ਵਿਹੜਾ ਤੁਹਾਡੇ ਕੋਲ ਕਿਹੜਾ ਤੇ ਸਭ ਤੋਂ ਮਹਿੰਗਾ ਕਿੰਨੇ ਦਾ? ਮੇਰੇ ਪਾਸ ਸਭ ਤੋਂ ਮਹਿੰਗਾ 1,45,000 ਦਾ। ਅੱਛਾ, ਉਸ ਤੋਂ ਹਟ ਕੇ ਸਭ ਤੋਂ ਸਸਤਾ ਕਿਹੜਾ ਹੈ? 90,000 ਦਾ। ਇਹ ਜਿਹੜਾ ਤੁਸੀਂ ਖਰੀਦ ਕੇ ਲਿਆਏ ਹੋ? ਹਾਂ। ਤੇ ਹੁਣ ਵੇਚਣੇ ਕਿੰਨੇ ਕਿੰਨੇ ਦੇ ਜੇ? 90 ਵਾਲਾ ਕਿੰਨੇ ਦਾ ਵੇਚੋਗੇ? 90 ਵਾਲਾ ਤਕਰੀਬਨ 1-5-7 ਚ ਵਿਕੇ ਤੇ ਫੇਰ ਹੀ। ਹਾਂ, ਕਿਉਂਕਿ ਖਰਚਾ ਵੀ ਆਉਣਾ ਨਾ, 1,07,000-8,000 ਚ ਵਿਕੇ ਤੇ ਵੇਚਣਾ। ਤੇ ਜਿਹੜਾ 1,45,000 ਵਾਲਾ ਉਹ ਕਿੰਨੇ ਦਾ ਵੇਚ? ਉਹ ਤਕਰੀਬਨ 1,60 ਦਾ ਜਾਏ ਤੇ ਫੇਰ। 15,000 ਪਿੱਛੇ ਤੇ ਨਹੀਂ ਤੂੰ ਇੰਨੀ ਦੂਰ ਆਇਆ ਹੋਣਾ ਸਰ ਜੀ? ਉਹ ਫਿਰ ਥੋੜਾ ਥੋੜਾ ਕਰਕੇ ਕਤਰਾ ਕਤਰੇ ਨਾਲ ਦਰਿਆ ਬਣਦਾ, ਉਹ ਇੱਕ ਵਾਰੀ ਕਮਾਈ ਕਰਨ ਲੱਗ ਪਈ ਫਿਰ ਕਮਾਈਆਂ ਤੇ ਨਹੀਂ ਹੁੰਦੀਆਂ। ਹਾਂਜੀ, ਇੱਥੇ ਤੇ ਹਲਕਾ ਤੋਂ ਹਲਕਾ ਜਿਹੜਾ 1.5 ਲੱਖ ਮੰਗਣ ਡਏ ਨੇ। ਹਾਂਜੀ, ਉਹਨਾਂ ਦਾ ਹੱਕ ਉਹ ਜਿਹੜੀ 1,00,000 ਦੀ ਚੀਜ਼ ਆ ਰਹੀ ਨਾ ਪਿਛਲੇ ਸਾਲ, ਉਹ ਇਸ ਸਾਲ 1,35-40 ਦੀ ਆ ਰਹੀ। 35-40? ਹਾਂਜੀ, ਤਕਰੀਬਨ ਪਿਛਲੇ ਸਾਲ ਨਾਲ 35-40,000 ਮਹਿੰਗਾਈ ਹੋ ਗਈ ਖਾਸ ਜਾਨਵਰ ਦੇ ਹੱਕ। ਜੀ ਨਾਜ਼ਰੀਨ, ਤਾਂ ਆਪਾਂ ਮੌਜੂਦ ਹੈ ਇੰਤਜ਼ਾਮੀਆ ਕੇ ਦਫ਼ਤਰ ਕੇ ਆਗੇ, ਔਰ ਯਹਾਂ ਪੇ ਹਮ ਆਪਕੀ ਮੁਲਾਕਾਤ ਕਰਵਾਤੇ ਹੈਂ ਇੰਤਜ਼ਾਮੀਆ ਕੇ ਲੋਗੋਂ ਸੇ, ਔਰ ਉਨਸੇ ਜਾਣਤੇ ਹੈਂ ਉਨਕਾ ਮੌਕਫ ਕਿ ਜੋ ਹਮੇਂ ਸ਼ਿਕਾਇਤ ਥੋੜੀ ਸੀ ਵਪਾਰੀਓਂ ਨੇ ਕੀ, ਉਸ ਹਵਾਲੇ ਸੇ ਇਨਕਾ ਕਿਆ ਮੌਕਫ ਹੈ। ਤੋ ਆਈਏ ਬਾਤ ਕਰਤੇ ਹੈਂ ਇੰਤਜ਼ਾਮੀਆ ਕੇ ਸਾਥ। ਜੀ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਸਰ ਆਪਕਾ ਨਾਮ? ਮੇਰਾ ਨਾਮ ਕਲੀਮ ਲਾਹੌਰ, DMO ਇਨਫਰਾ। ਅੱਛਾ ਅੱਛਾ ਸਰ, ਹਮ ਅੱਜ ਇਧਰ ਇੰਟਰਵਿਊ ਕਰ ਰਹੇ ਥੇ ਲੋਗੋਂ ਕੇ ਔਰ ਵਪਾਰੀਓਂ ਕੇ, ਮਾਸ਼ਾ ਅੱਲਾ ਓਨੈਸਟਲੀ ਸਪੀਕਿੰਗ ਬਹੁਤ ਬਿਹਤਰੀਨ ਇੰਤਜ਼ਾਮਾਤ ਹੈ, ਪਹਿਲੀ ਦਫ਼ਾ ਹਮਨੇ ਅਗਲੇ ਸਾਲੋਂ ਮੇ ਵੀ ਹਮ ਆਤੇ ਰਹੇ ਹੈਂ, ਬਹੁਤ ਬਿਹਤਰੀਨ, ਨੀਟ ਐਂਡ ਕਲੀਨ, ਹਰ ਕਿਸਮ ਕੀ ਸਹੂਲਤ ਯਹਾਂ ਪੇ ਮੌਜੂਦ ਹੈ, ਔਰ ਇਵਨ ਵਪਾਰੀਓਂ ਨੇ ਵੀ ਹਮਾਰੇ ਸਾਹਮਣੇ ਤਾਰੀਫ ਕੀ, ਹਮਾਰੇ ਆਵਾਮ ਸੁਣੇਂਗੇ ਵੀਡੀਓ ਕੇ ਅੰਦਰ, ਕਿ ਕਿਸੀ ਕਿਸਮ ਕਾ ਕੋਈ ਉਨਸੇ ਟੈਕਸ ਨਹੀਂ ਲਿਆ ਜਾ ਰਹਾ, ਕਿਸੀ ਕਿਸਮ ਕਾ ਕੋਈ ਉਨਸੇ ਰਿਸ਼ਵਤ ਜਾਂ ਜੋ ਵੀ ਆਗੇ ਤੰਗ ਕਰਦੀ ਸੀ ਇੰਤਜ਼ਾਮੀਆ, ਇਸ ਤਰ੍ਹਾਂ ਕਾ ਕੋਈ ਮਾਹੌਲ ਨਹੀਂ ਹੈ। ਤੋ ਆਪ ਇਸ ਬਾਰੇ ਮੇਂ ਕਿਆ ਕਹੇਂਗੇ, ਕਿਤਨੇ ਅੱਛੇ ਇੰਤਜ਼ਾਮਾਤ ਕਿਸਕੇ ਕਹਿਣੇ ਪਰ ਹੋ ਰਹੇ ਹੈਂ, ਔਰ ਕਿਆ ਇਸ ਦਫ਼ਾ ਕੌਨ ਸੀ ਟੀਮਸ ਇਸਕੇ ਅੰਦਰ ਸ਼ਾਮਿਲ ਹੈਂ?
جی بسم اللہ الرحمن الرحیم اللہ کا شکر ہے کہ لاہور کمشنر لاہور صاحب نے بڑی سختی سے ہدایات کی ہیں کہ تمام جو جتنے بپاری آ رہے ہیں منڈیوں کے اندر انہیں تمام فسیلٹی دی جائے اس میں ہم ان کو تمبو اٹکنات ٹینٹ وغیرہ دے رہے ہیں پانی کی سہولت دے رہے ہیں لائٹ کی سہولت دے رہے ہیں کسی قسم کی کوئی فیس نہیں ہے انٹری بالکل فری ہے ہر قسم کی ان کو ہم سہولت دے رہے ہیں تو ہم نے پوری کوشش کی ہے کہ ان کو کوئی مسائل پیدا نہ ہو تو اور اس میں جانوروں کے ٹیسٹ وغیرہ بھی کیے جا رہے ہیں جی میڈیکل میڈیکل ٹیسٹ بھی ہو رہے ہیں یہ لائف اسٹاف والے اسٹاف ادھر بیٹھا ہے میں ہیلتھ والے بیٹھے ہیں ایس ڈبلیو ایم بیٹھا ہے تمام اسٹاف منڈیوں میں موجود ہے باسا والے بھی موجود ہے صاف پانی بھی انہیں دے رہے ہر قسم کی جتنی ہماری کوشش ہے کہ زیادہ سے زیادہ فیسلٹی دی جا سکے دے رہے ہیں یہ بالکل فری ہے ٹیسٹنگ بھی ہے بالکل ٹیسٹنگ فری ہے ویکسینیشن آج سے وہ بھی شروع ہو گئی ان شاء اللہ کل سے بھرپور طریقے سے نہ لوگوں کی ویکسینیشن بھی کی جائے گی اچھا اور اس کے علاوہ جو لائک جانور سیل ہو رہے ہیں کسی قسم کی کوئی فیس ان سے پہلے ہوتا تھا کسی قسم کی کوئی فیس نہیں ہے دیکھیے پارک جگہ بھی فری دی جا رہی ہے جگہ بھی فری بالکل فری ہے پارکنگ کی سہولت بھی دی رہی ہے جانوروں کے اپ لوڈ ہونے کی جگہ بھی ہم نے پراپرلی ایک بنائی ہوئی ہے تاکہ لوگوں کو کسی قسم کا کوئی پرابلم نہ ہو اچھا اور یہ جو اندر کھانے پینے کے سٹالز لگے ہوئے ہیں ان کے کوئی ریٹ طے ہیں کہ بیوپاریوں سے کیا ریٹ چارج کرنے ہیں یا کیا نہیں ان کو سختی سے ہدایت کی ہے کہ جو بازار سے ریٹ نہ ان کے کم ہی ہیں پراپرلی ہم انہیں چیک کرتے رہتے ہیں ان کے جتنے بھی گلاس وغیرہ وہ سارے ہم چیک کرتے ہیں ڈسپوزل پہ ہم یہ سیل کر رہے ہیں تاکہ کوئی ایسی ویکسینیشن میں پرابلم نہ ہو یہ رقبہ کتنا ہے تقریباً اندازہ یہ تقریباً 950 ایکڑ رقبہ ہے جس پہ جی جس پہ یہ منڈی لگی ہوئی لاہور کی سب سے بڑی منڈی ہے یا اس کے علاوہ نہیں اس کی شاہپور گانجرا سے دوسرے نمبر پہ اچھا ہم بیچ میں ویپاریوں کا کچھ انٹرویو کر رہے تھے اوور آل انہوں نے سب کچھ اچھا کیا کچھ لوگ جو دور لائک کناروں پہ بیٹھے ہوئے ہیں جو بالکل آپ کہہ رہے ہیں لاسٹ میں بیٹھے ہوئے ہیں تو انہوں نے یہ تھوڑا سا کہا کہ ہمیں پانی کے لیے کافی دور جانا پڑتا ہے تو اس کے حوالے سے آپ کیا کہیں گے نہیں وہ جتنی زمین پہ جگہ تھی اس کے حساب سے ہم نے نا پارٹس کے کر کے اسے سینٹر ٹو سینٹر نا واٹر ٹینک بنائے تاکہ لوگوں کو ایزی رہے نزدیک آنے میں یہ پوسیبل ہے تھوڑا سا محنت تو کرنی پڑتی ہے نا جی جو بالکل زیر پہ چلا کے اسے تھوڑا سا دائیں بائیں دونوں سائڈوں پہ بلکہ تینوں سائڈوں پہ نا واٹر ٹینک بنے ہوئے ہیں اور بور کیے ہوئے ہیں ہم نے بہت اچھا ارینجمنٹ ہے پانی کا نا جی السلام علیکم وعلیکم السلام آپ کیا کہیں گے جی انتظامات کے حوالے سے ہم نے تو اوور آل دیکھا بہت بہترین انتظامات ہیں جی میں کنٹریکٹر ہوں سول ورک کا اوکے میں نے پارکنگ کا بندوبست کیا ہے پارکنگ اچھی بنا کے دی ہے جہاں پہ تقریباً 5000 گاڑی لگ سکتی ہے اچھا اور روڈ سیٹ کیے ہیں بالکل ان کے اوپر سب بیس ڈالی ہے تاکہ گاڑیاں جو ہیں وہ بارشوں میں کیچڑ نہ بنے اور دیکھیں آپ آج ویسے بارش ہوئی ہے لیکن بالکل کوئی اتنا زیادہ وہ نظر آ رہا ہوگا کہ بارش کے بعد بھی روڈز جو ہیں وہ صاف ستھرے ہیں اس کے علاوہ واٹر ٹینکس بنائے ہیں واش رومز بنائے ہیں تاکہ جو باہر سے آنے والے کتنے واش رومز ہیں یہاں پہ عوام کے لیے تقریباً 4-4 واش روموں کے ہم نے 3 سیٹ بنا دیے ہیں ایک اور بن رہا ہے ٹھیک ہے اس کے علاوہ جو ٹینکس ہیں وہ تقریباً 12 ٹینکس جانوروں کے یا جانوروں کے پانی پینے کے اس کے علاوہ بور کیے ہیں 2 انچ کا بور پانی کا کیا ہے اس میں موٹریں سب مرسیبل پمپ ڈال کے جس سے صاف پانی بھی مہیا کیا جا رہا ہے جو بیوپاریوں کے نہانے کے لیے اور پینے کے لیے اس کے علاوہ ان کے جانوروں کے لیے یہ سب انتظامات ہم نے مکمل کیے ہیں تو گاڑیوں کی پارکنگ فیس وغیرہ کوئی ہے عوام کو بالکل فری ہے یہاں پہ ہر جگہ مطلب کہ جو جانوروں کے رکھنے کی جگہ ہے جو بیماریوں نے جہاں اپنے اپنے جانور رکھے ہیں وہ جگہ ان کو فری ہے نہیں پارکنگ کی گاڑیوں کی پارکنگ کی لاہور پارکنگ کے پاس یہ پارکنگ ہے لیکن بیماریوں سے یا کسی بھی آنے والے کسٹمر سے جو جانور خریدنے آ رہے ہیں ان سے کوئی فیس نہیں لی جا رہی ان کو پرچی دی جا رہی ہے ان کی گاڑیوں کا خیال رکھا جاتا ہے لیکن ان سے فیس نہیں لی جاتی جی تھینک یو جی آپ کیا کہیں گے جی انتظامات کے حوالے سے انتظامات الحمد للہ ہمارے اچھے ہیں جی کوئی انتظامیہ کوئی پرابلم نہیں ہے جب بھی کوئی آتا ہے ہمارے پاس کوئی یہ لائٹ بند ہو گئی ہے یا پانی نہیں ہے اسی ٹائم ہمارے ڈی ایم او صاحب کا حکم ہوتا ہے وہ ہم کمپلینٹ کلیئر کرواتے ہیں ابھی تک کوئی کمپلینٹ ہمیں مشہور نہیں ہوئی سارے دن میں ہمارے کو یہ انتظامات نہیں ہیں اچھا ایک اور جو چیز پرانے وقتوں میں دیکھنے آئی ہے میں ویسے سوال میرے ذہن میں آ رہا ہے
کہ لوگ بیچارے بہاولپور سے رحیم یار خان سے مظفرگڑھ سے سادہ لوگ ہوتے ہیں تو یہاں پہ لاہور میں اکثر دیکھا گیا ہے کہ ان کو رات کے اندھیرے میں لائٹ نہ ہونے کا فائدہ اٹھا کے جعلی نوٹ نقلی نوٹ تو اس کو اس کا تدارک کرنے کے لیے سدباب کرنے کے لیے کوئی ہے یا اگر کوئی اس طرح کا فراڈ ہو جائے کسی کے ساتھ تو کیا اس میں انتظامیہ کیا مدد کر سکتی ہے؟ ہمارے پاس پولیس ملازم موجود ہیں، 12 پولیس ملازم صبح ہیں، دوپہر کو بھی ہیں، رات کو بھی ہیں، ادھر آفس میں بیٹھے ہیں، گیٹ پہ بھی، بیریل پہ بھی، کوئی شکایت وصول ہوتی ہے تو پولیس والے وہاں پہنچتے ہیں اور بیریل پہ بھی ہمارا ساتھ تعاون کر رہی پنجاب پولیس، یہ باہر ناکوں پہ بھی کر رہی ہے، ادھر آفس میں بیٹھتی ہے، آفس میں ان کے ساتھ انسپیکٹر وغیرہ اور 2-3 ملازم بھی ان کے ساتھ ہوتے ہیں، وہ بیٹھتے ہیں اور ہمیں وہ تمام تعاون کرتے ہیں۔ ایگزٹ کے اوپر کوئی پرچی سسٹم ہے کہ پتا ہو کہ یہ جانور سیل ہو کے جا رہا ہے یا چوری ہو کے جا رہا ہے یا کوئی مثلا ایسی کوئی لے کے جا رہا ہے، کوئی ہے کہ جو سیل ہوتا ہے اس کی کوئی انٹری ہوتی ہو؟ ویسے میں پوچھ رہا ہوں آپ سے۔ نہیں سر، ہمارے پاس باہر سے جو جانور بڑی گاڑی میں آتے ہیں وہ اتارتے ہیں بپاری اس رات، اچھا وہ تمبو میں کھڑا ہوتا ہے، 2-3 دن بعد سیل ہو جاتا ہے تو لوڈ رکشے جو ہے نا اس پہ لوگ لے کے، اچھا لوڈ رکشے پہ لوگ لے جاتے ہیں، اچھا لوڈ رکشے پہ، ہم انٹری نہیں کرتے اس بات کی، اچھا نہ آنے کی نہ جانے کی، ہمارے تعداد موجود ہے کہ یہاں بڑا جانور اتنا آ چکا ہے، چھوٹا جانور اتنا آ چکا ہے۔ تو اندازن اگر عوام کو بتائیں اس دفعہ مال کھلا ہے، کتنا بڑا جانور اور کتنا چھوٹا کوئی ہے آپ کے ذہن میں؟ جی تقریباً 28,500 بڑا جانور آ گیا ہمارے پاس، اچھا تو تقریباً 32,500 روپئے تقریباً چھوٹا جانور ہمارے پاس بکرا، اچھا اور 1500 دمبا، ٹھیک ہے وہ 3,500 ہمارے پاس چھترا، ٹھیک ہے منڈی میں موجود ہے، تقریباً 80,000 کے قریب اس قریب قریب تقریباً مال آ چکا ہے، ٹھیک ہے۔ اس کے علاوہ اس دفعہ ہم دیکھ رہے ہیں کہ ریٹس کافی زیادہ ہائی ہیں، تو کیا اس حوالے سے انتظامیہ کا کوئی موقف ہے یا اوپن چھوڑا ہوا ہے آپ نے اس کے اوپر؟ نہیں، جو دیکھیں جو بپاری محنت کر کے پیچھے سے لے کے آ رہا ہے وہ ریٹ مانگتا ہے، گاہک دے نہیں دیتا، وہ اگر اس کے کوئی اچھا ریٹ ملے گا تو وہ دے گا نا جی، یا جو گاہک خریدنے والا ہے اس کو اگر 20,000-30,000 کا کوئی بکرا ہے اس کی نظر میں آتا ہے، اس نے لینے ہی اتنے میں ہے، اس کو کوئی ملے گا تو وہ لے کے جائے گا جی، ریٹ زیادہ ہیں، بالکل زیادہ ہیں، بہت زیادہ ریٹ ہیں، مگر لوگ خریداری بھی کر رہے ہیں، کافی رش ہماری پارکنگ میں بھی، رات 2-3 بجے تک رش ہوتا ہے، اگر پارکنگ میں رش آیا تو جانور بھی خریدے جا رہے ہیں، یہ لوگ کافی پھر رہے ہیں منڈی میں جانور خرید رہے ہیں، مگر وہ بات کرتے ہیں بپاری حضرات سے، جہاں اس کا سمجھ آتی ہے کہ یہ ریٹ ٹھیک ہے وہ دے دیتے ہیں۔ اچھا سر، ابھی تو جو ہے چاند عید کا نظر نہیں آیا، آج یا کل متوقع ہے کہ چاند نظر آئے گا، تو ابھی اتنا زیادہ رش دیکھنے میں نہیں آ رہا، تو آپ کو کیا لگتا ہے جب آخری دنوں میں رش ایک دم سے آئے گا تو اس کے لیے انتظامات آپ نے جو کیے ہیں یہ کافی ہوں گے؟ بالکل، ہم نے انتظامات اسی حوالے سے پچھلے سال بھی یہاں پہ اسی طریقے سے انتظامات تھے، لیکن ہم نے اس سے زیادہ بھرپور انتظامات کیے ہیں، تقریباً 950 کنال کی یہ جگہ تھی جہاں ہم نے سول ورک کرنا تھا، لیکن یہاں پہ کچھ اور لوگوں کی زمینیں جو ساتھ لگتی ہیں، جہاں پہ پچھلی دفعہ کھیت تھے وہ خالی پڑی تھی، بپاریوں نے اس ایریے کو بھی کور کر لیا، تو ہم نے وہاں تک انتظامات مکمل کر دیے ہیں، تاکہ آنے والے بپاریوں کو تو نہیں پتا کہ یہ جگہ ہمارے استعمال کے لیے ہے یا نہیں، ہم نے کتنا رقبہ ان کو پرووائڈ کیا، لیکن ہم نے پھر ان کے وہ انتظامات، ہمارے ایکسین صاحب ہیں کلیم صاحب، انہوں نے ہمیں انسٹرکشن دی کہ ان کے لیے بھی انتظامات مکمل کیے جائیں، اس کو بڑھایا جائے آگے تک، تو ہم نے اس کو ان کے وہ مکمل ہونے سے پہلے، وہاں بھرنے سے پہلے وہ اپنے انتظامات مکمل کر دیے ہیں اور تمام سہولیات فراہم کر دی ہیں، اور عید کے چاند کے بعد جو ابھی تو مطلب کہ ہر دفعہ یہ منڈی، مطلب ہر بپاری چاہتا ہے کہ مجھے اچھی جگہ مل جائے، تو اس دفعہ منڈی جو ہے ایڈوانس، حالانکہ 9 تاریخ کے بعد یہ منڈی ہم نے ہینڈ اوور کرنی تھی ایم سی ایل کے سول ورک مکمل کر کے، لیکن ہمیں 3 دن پہلے، آج سے 3 دن پہلے یہ مکمل کرنی پڑی، ہم نے 2-3 دن میں ایمرجنسی بیسس پہ اس کو مکمل کیا اور سارے انتظامات مکمل کیے ہیں کہ یہاں پہ رش پڑ گیا تھا، تو جانور جو ہے وہ بے زبان ہے، ان کو پانی چاہیے تھا، بپاریوں کو واش روم چاہیے تھے، سہولیات چاہیے تھی، تو ہم نے پھر اس کو ایمرجنسی بیسس، ایک دن ٹینڈر ہوا اور اگلے دن ہم نے اس کو مکمل کیا، ایمرجنسی بیسس پہ مکمل کیا، تو ہماری طرف سے کوئی قصر نہیں ہے، ہم نے تو پوری کوشش کی ہے کہ کسی بندے کو پریشانی نہ ہو سکے۔ اس کے علاوہ چاند نکلنے کے بعد یہاں پہ بہت زیادہ رش ہوگا، جانور اور بہت زیادہ آئے گا، لیکن لاہور میں 12 منڈیاں لگی ہیں، باقی منڈیاں بھی ہیں، وہاں پہ بھی جائے گا، ابھی یہ منڈی ذرا ہاٹ منڈی ہے، سوسائٹیز کے نزدیک ہے، تو اس لیے یہاں پہ ذرا ایڈوانس رش بن گیا، اور بعد میں بھی اور بھی بڑھے گا، لیکن اس کے حوالے سے پولیس، باقی انتظامیہ، عیدی
1122 और जानवरों के डॉक्टर, हर चीज़ यहाँ मौजूद है, हर फैसिलिटी देने की हमने कोशिश की है कि किसी लिहाज से भी हम जो है ना कि इस फैसिलिटी से व्यापारियों को लाचारी या मजबूरी ना आए कि वो परेशान हो और वो कहीं और जाएं। चलें, थैंक यू वेरी मच जी, वेल डन, बहुत अच्छे इंतजाम आते हैं। और नाज़रीन, हमने आप तक व्यापारियों और लोगों के भी तासरात पहुँचाए जो उनके यहाँ पे ऐसा साथ है, सब ने इंतजाम की, इंतजामिया की तारीफ़ की, और अब हमने आप तक इंतजामिया का भी मौक़ पहुँचाया कि बहुत अच्छे तरीके से सब इंतजाम किए गए। इनफरादी तौर पे हमें ये देख के लाइक मुतमईन है हम यहाँ के इंतजाम से, और उम्मीद करते हैं कि आगे भी इसी तरह चलता रहेगा, खुश असलूबी के साथ ईद जो है वो अच्छे तरीके से लोग मना सकेंगे, रेट्स भी व्यापारियों को भी ठीक मिलेंगे और आवाम को भी जो है उनकी मंशा के मुताबिक अच्छा और सस्ता जानवर मिल सकेगा। उम्मीद करते हैं आपको हमारा आज का ये प्रोग्राम पसंद आया होगा, फैसला आपने खुद करना है, हमने दोनों साइड का मौक़ आपको सुना दिया है। इसके साथ ही अपने मेज़बान मोहसिन मलिक को इजाज़त दें, आपसे मुलाकात होगी बहुत जल्द, अल्लाह हाफिज़।